सतनाम श्री वाहिगुरु साहिब जी, श्री नानक पद पंकज बंदन, पद पंकज बंदन, सिमरहु अंगद दुख निकंदन, अमरदास गुर हृदय त्याव, गुर हृदय त्याव, श्री गुर रामदास गुण गाव, श्री अर्जन विघ्नन के नाशक, विघ्नन के नाशक, हर गोविंद शुभ सुमत प्रकाशक, श्री हर राय नमो कर जोरी, नमो कर जोरी, श्री हर कृष्ण मनाए बहुरी, तेग बहादुर परम केर पाला, परम केर पाला, श्री गुरु गोविंद सिंह विशाला, तरुहु तरा पद पुन पुन शीसा, पर पुन पुन शीसा, बंदो बार बार जगतीसा, जिसमें अमृत ज्ञान है, माणिक भगत बैराग, श्री गुरु ग्रंथ साहिब उद्दद, बंदहु करे अनुराग, एक अंकार सतगुरु ते प्रसाद सच होए, वाहे गुरु जी की फतेह, विघ्न विनाशन सोए, वाहे गुरु जी की फतेह, विघ्न विनाशन सोए। गुरु साहिब जी, तिसके तरे थिरे द्वै सूबे, चौंपर खेल मचाए, भीम चंद नृप भूम चंद ते, आद निकट गिर राए, तिसकी तरे थिरे द्वै सूबे। परम सम्मान योग
ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਸਵਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬੈਠਣ ਦਾ ਸਮਾਂ ਦਿੱਤਾ। ਇਸ ਸਮੇਂ ਨੂੰ ਆਪਾਂ ਸਫਲ ਕਰ ਸਕੀਏ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਨਿਰੰਤਰ ਹੀ ਗੁਰ ਇਤਿਹਾਸ ਦੀਆਂ ਵਿਚਾਰਾਂ ਆਰੰਭ ਹੁੰਦੀਆਂ ਹਨ। ਤਿਨ੍ਹਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਕਿਰਪਾਲਤਾ ਕਰਨ ਪਾਵਨ ਗੁਰ ਇਤਿਹਾਸ ਦੀ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਮੇਂ ਅਤੇ ਮਾਹੌਲ ਨੂੰ ਵਿਚਾਰ ਚੁੱਕੇ ਸਨ ਕਿ ਜ਼ਬਰਦਸਤ ਖਾਨ ਵਜੀਦ ਖਾਨ ਅਤੇ ਪਹਾੜੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਚੁੱਕੇ ਸਨ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਜੀ ਦੇ ਉੱਪਰ ਕਈ ਵਾਰ ਹਮਲੇ ਵੀ ਕੀਤੇ ਤੋਪਾਂ ਦੇ ਨਾਲ ਬਿਨਾਂ ਦੱਸਿਆਂ, ਪਰ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਵੀ ਗੋਲਾ ਨਹੀਂ ਲੱਗ ਸਕਿਆ। ਉੱਥੇ ਮਹਾਰਾਜ ਨੇ ਗੁਰੂ ਕੇ ਸਿੱਖਾਂ ਨੂੰ ਆਪਣੇ ਕੋਲ ਸੱਦਿਆ, ਮੋਰਚਾਬੰਦੀ ਕਰਵਾ ਦਿੱਤੀ। ਬਾਬਾ ਅਜੀਤ ਸਿੰਘ ਜੀ ਨੂੰ ਕੇਸਗੜ੍ਹ ਸਾਹਿਬ ਦੇ ਅਸਥਾਨ ਦੇ ਉੱਪਰ ਟਿਕਾ ਦਿੱਤਾ। ਭਾਈ ਦਇਆ ਸਿੰਘ ਜੀ ਅਗਮਪੁਰੇ ਵਾਲੇ ਪਾਸੇ ਲਾ ਦਿੱਤੇ। ਉੱਧਰੋਂ ਭਾਈ ਆਲਮ ਸਿੰਘ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਜੀ ਨੇ ਉਸ ਵੇਲੇ ਨਿਰਮੋਹਗੜ੍ਹ ਵਾਲੇ ਪਾਸੇ ਲਾ ਦਿੱਤਾ। ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਹੁਣਾਂ ਨੂੰ ਲੋਹਗੜ੍ਹ ਕਿਲ੍ਹਾ ਜਿਹੜਾ ਸੀ ਉਹ ਸੰਭਾਲਣ ਦੇ ਹੁਕਮ ਕੀਤੇ ਅਤੇ ਵਿਉਂਤਬੰਦੀ ਕਰਕੇ ਗੁਰੂ ਕੇ ਸਿੱਖਾਂ ਦੀ ਫੌਜ ਤਾਇਨਾਤ ਕੀਤੀ। ਇੱਥੇ ਜਿਹੜਾ ਆਪਾਂ ਕੱਲ੍ਹ ਇਤਿਹਾਸਿਕ ਪ੍ਰਸੰਗ ਵਿਚਾਰਿਆ ਸੀ, ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ, ਉੱਧਰ ਮੁਗਲੀਆ ਹਕੂਮਤ ਦੇ ਵੱਲੋਂ ਆਏ ਸੂਬੇਦਾਰ ਜ਼ਬਰਦਸਤ ਖਾਨ ਵਜੀਦ ਖਾਨ, ਭੀਮ ਚੰਦ ਵਰਗੇ ਇੱਕ ਸਿਮਲ ਦੇ ਦਰਖਤ ਦੇ ਨੇੜੇ ਉਹਦੀ ਛਾਂ ਦੇ ਅਧੀਨ ਬੈਠ ਕਰਕੇ ਚੌਂਪੜ ਖੇਡ ਰਹੇ ਸਨ। ਇੱਥੋਂ ਆਪਾਂ ਪ੍ਰਸੰਗ ਆਰੰਭ ਕਰਨਾ ਹੈ। ਸਤਿਗੁਰੂ ਕਿਰਪਾ ਕਰਨ, ਆਓ ਆਰੰਭਤਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਕਲਗੀਧਰ ਅਨੰਦਪੁਰ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਤਿਗੁਰੂ ਦੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਬੈਠੇ ਸਭਾ ਲਗਾਈ। ਆਪ ਜੀ ਬਿਰਾਜਮਾਨ ਹੋਏ ਸਭਾ ਲਗਾ ਕਰਕੇ ਸਮਰ ਚਲਾ ਚਲ ਢੋਰਤ ਸਿਰ ਪਰ ਤੇ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਉੱਪਰ ਚੌਰ ਸਾਹਿਬ ਢੁੱਲ ਰਿਹਾ ਹੈ। ਸੰਗਤ ਦੇ ਵਿੱਚ ਮਹਾਰਾਜ ਜੀ ਸੋਭਾ ਪ੍ਰਗਟ ਕਰ ਰਹੇ ਹਨ। ਚਮੂ ਸਮਦਾਈ ਸਾਰੀ ਸੂਰਮਿਆਂ ਦੀ ਫੌਜ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ। ਦੂਰ ਦੂਰ ਲੱਗ ਕਰੈ ਬਲੋਚਨ ਦੂਰ ਦੂਰ ਤੱਕ ਸੰਗਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਹਨ। ਭਾਵ ਦੂਰ ਦੂਰ ਤੱਕ ਸੰਗਤ ਬੈਠੀ ਹੋਈ ਮਹਾਰਾਜ ਜੀ ਦੇ ਦੀਦਾਰ ਕਰ ਰਹੀ ਹੈ। ਇੱਧਰ ਉੱਧਰ ਦ੍ਰਿਸ਼ਟੀ ਸਤਿਗੁਰੂ ਸਾਹਿਬ ਚਲਾ ਰਹੇ ਸਨ, ਵੇਖ ਰਹੇ ਸਨ ਪਰਖ ਪਰਖ ਕੇ ਕੌਣ ਕਿੱਥੇ ਠੀਕ ਰਹੇਗਾ,
कौन केड़ी जगह ते तैनात कीता जावेगा। तंबू शमयाने गण झंडे जैत इत्थे जिन्ने भी शमयाने झंडे आदि सारे ला दिते हन। जित कद दृष्टि आवे दूर दूर तक की वेख्या जा रहा सी शमयाने तंबू लगे झंडे लगे हुए हन। साल मलिक ब्रज होतो एक इत्थे भाई साहब जी ने जदों जिक्र कीता कि गुरु गोबिंद सिंह जी ने दूर वेख्या मुगलिया हुकूमत नाल संबंधित ते पहाड़ी राजे जदों ये एक जगह ते टिकाने ते बैठे हुए वो टिकाणा इवें से कि एक सिमल का दरख्त बहुत वडेरा सी जिस कंध समदाया भाव बहुत वड्डा तना सी उहदा भाव उहदा खिलार भी बहुत ज्यादा सी तुंग अनक विस्तार सहज सो भाव उहदा विस्तार बहुत ज्यादा सी चौड़ाई भी बहुत ज्यादा लंबाई भी बहुत ज्यादा सी सगन पत्र की छाया ते उहदे संघने पत्तियां दी शाम ही बहुत ज्यादा नजर आ रही सी तसके तरे थरे दो सूबे ते उहदे थल्ले ही दो सूबे बैठे हन टिके होए ने जिहदे विचों जबरदस्त खान ते वजीद खान ये दोवें सूबे उहदे थल्ले सिमल दे दरख्त दे थल्ले टिके होए हन। चौंपड़ खेल मचाए चौंपड़ खेड रहे सन भीम चंद नरप भूम चंद ते इत्थे भूप चंद राजा ते इधर भीम चंद दोवें पहाड़ी राजे सन आद निकट गिर राए ये भी दो जिहड़े हन निकट होर भी पहाड़ी राजे इन्हां सूबेदारां दे कोल बैठे उहदा कारण सी बड़ी सभा जद बैठे ते ठां भाव जदों सभा दे अधीन हो करके जदों बैठे ना सारे इकत्र हो करके तुरक मले प्रधाना ते सारे जड़े हन ये तुरकां नूं राजयां दे प्रधान आदि सारे हो करके मिले आनंद खुशामत उन्हां नूं ना हसा रहे सन उन्हां दी खुशामत कर रहे सन उन्हां दी सिफत कर रहे सन उन्हां नूं रिझा रहे सी भी किधरे ये गल दा जिहड़ा है वह रोस ना प्रगट कर लैन भी क्योंकि हार मिली है ते हार दा गुस्सा साढ़े ते ना निकले इस करके पहाड़ी राजयां दे जिन्ने भी वह मंत्री संतरी आदि जां होर इन्हां दे मुखी सी ये सारे हसा रहे सन मुगलिया हुकूमत दे सूबेदारां नूं भी ये खुश रहणगे ते गल बणेगी कह कह बातन नाना भाव कई तरह दे नाना प्रकार दे जिहड़े ने उह यतन करन लगे तनुख कठोर गुरु के आगे हुण सतगुरु साहिब दे कोल तनुख पिया है बड़ा कठोर तनुख है और सतगुरु साहिब सच्चे पातशाह दे सन्मुख पिया है हाथ विखे गहलीना सतगुरु साहिब ने हाथ विच धारण कीता एक गल ध्यान नाल सुनियो गुरु गोबिंद सिंह सच्चे पातशाह दा तनुख नौ टंकिया है नौ टंकिया तनुख एक टंक 25 किलो दा हुंदा है ਉਹ ਤਨੁੱਖ ਨੂੰ ਉਹੀ ਚਲਾ ਸਕਦਾ ਸੀ ਜਿਹੜਾ 225 ਕਿਲੋ ਵਜ਼ਨ ਆਪਣੇ ਇੱਕ ਹੱਥ ਨਾਲ ਚੁੱਕ ਸਕਦਾ ਸੀ ਐਵੇਂ ਨਹੀਂ 2-2 ਕਿਲੋਮੀਟਰ ਦੀ ਦੂਰੀ ਤੱਕ ਸਤਿਗੁਰੂ ਦੇ ਤੀਰ ਚਲੇ ਜਾਂਦੇ ਸਨ ਅਤੇ 5-5 ਬੰਦਿਆਂ ਨੂੰ ਵਿੰਨ ਕੇ ਰੱਖ ਦੇਣਾ ਇਹ ਨੌ ਟੰਕੀਆ ਤਨੁੱਖ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਆਇਆ ਇੰਨੀ ਵੱਡੀ ਸਮਰੱਥਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੀ ਕਿ ਉਹਨਾਂ ਦੀ ਤੀਰਾਂ ਦੀ ਵਿਛਾੜ ਦੇ ਅੱਗੇ ਵੱਡੇ ਤੋਂ ਵੱਡਾ ਸੂਰਮਾ ਵੀ ਗੋਡੇ ਟੇਕ ਜਾਂਦਾ ਸੀ ਕੰਚਨ ਲਵਟਿਓ ਸੁੰਦਰ ਖਪਰਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਨੁੱਖ ਆਪਣਾ ਪਕੜਿਆ ਤੇ ਪੱਥੇ ਦੇ ਵਿੱਚੋਂ ਸੋਨੇ ਨਾਲ ਜੜਿਆ ਹੋਇਆ ਤੀਰ ਕੱਢਿਆ ਹੈ ਤਿਸ਼ਨ ਭੀਸ਼ਨ ਕੀਨਾ ਭਾਵ ਤਿੱਖਾ ਜਿਹਾ ਤੀਰ ਜਿਹੜਾ ਸੀ ਉਹ ਉਸੇ ਵੇਲੇ ਤਨੁੱਖ ਵਿੱਚ ਜੜਿਆ ਹੈ ਤੇ ਜਦੋਂ ਉਸ ਪੱਥੇ ਵਿੱਚੋਂ ਸੋਨੇ ਦੇ ਨਾਲ ਲਿਪਤ ਕਿਉਂਕਿ 1.25 ਤੋਲਾ ਸੋਨਾ ਆਦਿਕ ਲੱਗਾ ਹੀ ਹੁੰਦਾ ਸੀ ਇਸੇ ਤਰ੍ਹਾਂ ਜਦੋਂ ਤਿੱਖਾ ਜਿਹਾ ਤੀਰ ਕੱਢਿਆ ਸੀ ਸੰਦ ਪੰਚ ਮਹਿਸੂਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨੂੰ ਚੰਗੀ ਤਰ੍ਹਾਂ ਸਾਧਿਆ ਹੈ ਕਰ ਕੇ ਤਾਨ ਕਾਨ ਲੱਗ ਤਾਨਾ ਚਿੱਲੇ ਦੇ ਵਿੱਚ ਉਸ ਤੀਰ ਨੂੰ ਪਾਇਆ ਤੇ ਸਤਿਗੁਰੂ ਸਾਹਿਬ ਜੀ ਨੇ ਖੱਬੇ ਹੱਥ ਦੇ ਨਾਲ ਧਨੁੱਖ ਦਾ ਅਗਲਾ ਹਿੱਸਾ ਪਕੜਿਆ ਤੇ ਉਸੇ ਵੇਲੇ ਸੱਜੇ ਹੱਥ ਦੇ ਨਾਲ ਕੰਨ ਤੱਕ ਜਿਹੜਾ ਸੀ ਉਹ ਚਿੱਲੇ 'ਚ ਤੀਰ ਪਾ ਕੇ ਖਿੱਚ ਲਿਆ ਹੈ ਸਭ ਤੋਂ ਵੱਡੋ ਤਬ ਹੋਈ ਬਹੁਤ ਵੱਡਾ ਨਾਦ ਉੱਠਿਆ ਹੈ ਕਰ ਉਹਦੇ ਸੂਬਾ ਜਹ ਬੈਠੇ ਹੋ ਜਿੱਥੇ ਭਾਈ ਸਾਹਿਬ ਨੇ ਕਿਹਾ ਕਿ ਜਿੱਥੇ ਸੂਬਾ ਬੈਠਾ ਸੀ ਜ਼ਬਰਦਸਤ ਖਾਨ
जिथे नाल वजीद खान बैठा है तेतको सतगुरु त्यागा उधरले पासे सतगुरु साहब ने तीर छड्या है उतो पर्यंक उतरियो जिस ऊपर जेडे मंजे ते बैठे हुए सन दोवें जाने पावे मैं सर लागा जाके सीधा तीर पावे विच लगा है खपरा लागत फटियो सो तत सेन और जदों खपरा लग के ओ मंजी दा पावा एकदम फट गया है ओजको उदके सारे त्रपक के उठ गए सारे जाने तीशन पीशन कीन नरीशन भाव इस तिखे तीर दा निरीक्षण कीता गया भी इना तिखा तीर और इनी ताकत नाल भरिया आया कित्थों है कपरा ए गुर मारे ते पता लग गया इन्हां ने जदों तफतीश कीती ते पता लगा भी सोना लगा नाल ए गुरु गोबिंद सिंह जी दा तीर है जीर दस्त नज दस्त नकासियो उस वक्त ही भाई साहब जी ने कहा कि जेड़ा जबरदस्त खान सी ना उन्हें उस वेले अपने हाथ नाल खिंच के उस तीर नू कढ़िया है कहे वजीद खान संगा वजीद खान नू अगों कहिंदा है वजीद खान मेरी गल सुन इतनी दूर सर पहुंचो जिनको आख्या जिन्हां दा तीर इन्नी दूरी तक पहुंच गया है कहां ओज नर अंगा और उथे मनुख दा जेड़ा है और अंग भंग हो जान ते उथे आपां बचाई नहीं कर सकते सतगुरु साहब सच्चे पातशाह महाराज और इत्थे इन्नी ताकत सतगुरु कोल मनुखी अंगां विच इन्नी ताकत नहीं सानू लभदी इन्नी ताकत मनुखी अंगां विच नहीं दिसदी है कोस अढाई है आनंदपुर भाव ढाई को दी दूरी ते है आनंदपुर साहब इत्थों वेख किन्नी तेजी नाल तीर आया है जिहते बैठ प्रहारा जिथों बैठ करके तीर सतगुरां ने मारिया है नर तन को कुछ ए थाल ना बनाहे ना आख्या वेखो और ये जीवन दे विच ते मनुख दे शरीर दी वसदी खेड नहीं है मनुख नहीं इन्ना वजन खिंच सकता जां इन्नी ताकत नाल तीर चला सकता अजमत को बल भारा ये गुरु दी अजमत दा बल है सतगुरु दे कोल बड़ी वड्डी करामात है रतन जड़े बर बागर उपर इत्थे भाई साहब ने कहा कि रतन जड़े बर बागर उपर भाव इत्थे कीमती रतन जड़े सन वह भी जड़त हुए भाव इत्थे धन सतगुरु साहब सच्चे पातशाह महाराज जी दे उस तीर दा पिछला हिस्सा जड़ा सी ओ कीमती रतना दे नाल जड़ित होया सी सर्व सहस्रा सराहा और बड़ी सलाहना कीती भी इन्नी ताकत ढाई को दी दूरी तक तीर मार देना कोई छोटी जी खेड नहीं है कंचन लिप्त मोट बड़ कानो भाई साहब ने कहा कि इत्थे कंचन लिप्त मोट बड़ कानो जेड़ा मोटा काना सी और वो काने दे नाल सोना लगा होया सी ये सोना गुरु गोबिंद सिंह सच्चे पातशाह दे तीरां नाल सोना क्यों लाया जांदा सी इस करके इतिहासकारां लिखिया भी जिहदे तीर वजदा सी उहते बचदा नहीं सी और वजे हुए तीर दे नाल मौत ते घाट उतर जाण वाले इंसान वास्ते और वो कफन दा कम कर जांदा सी सोना ते जे किधरे को जख्मी हो जांदा सी ते उही सोना जिहड़ा सी उहदी दवा बूटी दे कम आ जांदा सी ये पारी उपकारता सी सतगुरु जी की बहुत वड्डी इत्थे महाराज जी दे तीर दा सारा निरीक्षण होया है दो पुलादी आहा बड़ा पुलादी है पुलादी दा अर्थ हुंदा जिहड़ा कुट कुट के चंगी श्रेष्ठ बिरती दे नाल बनाया जा सके मुगी अहंकार ताल साम आज तो ते इत्थों तक भाई साहब जी ने कहा कि वेखो तीर जिहड़ा है वह खपरा जिहड़ा है हथ दे जिन्ना चौड़ा है किन्नी ताकत है इहदे विच ते किन्ना भारा है और हाथ जिन्ना ये जिहड़ा तनुख है इन्नी ताकत नाल चलाया गया कि इत्थे मंजी दे विच आण के वजा ते मंजी दा पावा जिहड़ा है दो हिस्सों विच वंड दित्ता है इन्नी ताकत है नार तन कौन चलावै किसे मनुख दे वस दी गल थोड़ी है भी इन्ना वड्डा ते कीमती तनुख चला सके अजमत जोत गौर करे प्रहारन ते अजमत जिहड़ी है भाई साहब ने जिक्र कीता कि अजमत जुत गुर करे प्रहारन गुरु साहब जी ने यह अजमत वरताई है करामात वरताई है यही फैसला किया सी ना इन्होंने यही फैसला करके बैठे भी बड़ी वड्डी करामात है इतनी दूर पहुंचावा इन्नी दूर तीर चला गया ये किदां हो सकता है भी गुरु गोबिंद सिंह जी इदां करामात तो बगैर नहीं तीर चला सकते कहो लगे ए बच है कौन ते क्योंकि वेखो
ਕਿੰਨਾ ਤਾਕਤ ਨਾਲ ਭਰਿਆ ਹੋਇਆ ਬਾਣ ਹੈ, ਇਹ ਕਿਵੇਂ ਸਾਡੇ ਤੱਕ ਪਹੁੰਚ ਗਿਆ ਹੈ। ਤਾਬ ਜਥਾ ਤੋਪ ਕੋ ਗੋਰਾ, ਤੇ ਉਸੇ ਵਕਤ ਹੀ ਭਾਈ ਸਾਹਿਬ ਨੇ ਕਿਹਾ ਕਿ ਜਿਵੇਂ ਤੋਪ ਦਾ ਗੋਲਾ ਆਉਂਦਾ ਹੈ ਨਾ, ਇੰਨੀ ਤਾਕਤ ਨਾਲ ਇਹ ਤੀਰ ਆਇਆ ਹੈ। ਪਹਾੜ ਪੜਾਏ ਹਮ ਪਰੇ ਸਭ ਅਬ, ਆਖਿਆ ਵੀ ਵੇਖੋ ਅਸੀਂ ਤੇ ਘਬਰਾ ਕੇ ਉੱਠੇ ਹਾਂ, ਜਿੰਨੀ ਤੇਜ਼ੀ ਨਾਲ ਇਹ ਤੀਰ ਵੱਜਿਆ ਵੀ ਸਾਡੀ ਮੰਜੀ ਦੇ ਨੇੜੇ, ਵੀ ਅਸੀਂ ਤੇ ਸਾਰੇ ਘਬਰਾ ਗਏ ਹਾਂ। ਰੱਖ ਖੁਦਾਏ ਤਨ ਮੋਰਾ, ਆਖਿਆ ਵੀ ਇਹ ਤੇ ਖੁਦਾ ਨੇ ਸਾਨੂੰ ਰੱਖ ਲਿਆ, ਰੱਬ ਨੇ ਸਾਨੂੰ ਜ਼ਿੰਦਗੀ ਦਾ ਨਵਾਂ ਤੋਹਫ਼ਾ ਦਿੱਤਾ, ਨਹੀਂ ਤੇ ਅਸੀਂ ਮਰ ਸਕਦੇ ਸੀ। ਜੋ ਖੇਲ ਚੌਪੜ ਕੋ ਤਬ ਹੀ, ਉਸੇ ਵੇਲੇ ਆਪਣੀ ਖੇਡ ਤੇ ਇਹਨਾਂ ਦੀ ਕਿਤੇ ਰਹਿ ਗਈ, ਚੌਪੜ ਚੌਪੜ ਤੇ ਕਿਤੇ ਰਹੀ, ਇਹ ਤੇ ਕੰਬੀ ਜਾ ਰਹੇ ਸਨ। ਸਭ ਸਮਾਏ ਸਾਰੇ ਹੈਰਾਨ ਸਨ ਇਸ ਅਵਸਥਾ ਨੂੰ ਵੇਖ ਕਰਕੇ। ਦੂਰਬੀਨ ਤਬ ਲਾਵਨ ਕੀਨੀ, ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਦੂਰਬੀਨ ਲਾ ਕੇ ਵੇਖਿਆ ਗਿਆ, ਦੂਰਬੀਨ ਲਾਈ ਤੇ ਵੇਖਿਆ ਗਿਆ ਵੀ ਸਤਿਗੁਰੂ ਕਿੰਨੀ ਕੁ ਦੂਰੀ ਤੇ ਕਿੱਥੇ ਬੈਠੇ ਹਨ। ਬੈਠੇ ਪ੍ਰਭੂ ਸਹਾਏ, ਸਤਿਗੁਰੂ ਸਾਹਿਬ ਅਨੰਦਪੁਰ ਸਾਹਿਬ ਬੈਠੇ ਦਿਸ ਰਹੇ ਸਨ। ਸਭਾ ਸਹਿਤ ਅਵਲੋਕਤ ਸਗਰੇ, ਔਰ ਸਾਰੇ ਦੇ ਸਾਰੇ ਹੀ ਜਿਹੜੇ ਇਹ ਸਿੱਧ ਆਦਿਕ ਸਨ, ਭਾਵ ਜਿਨ੍ਹਾਂ ਨੇ ਆਪਣੇ ਅਭਿਆਸ ਨੂੰ ਬੜਾ ਸਿੱਧ ਕੀਤਾ ਹੋਇਆ ਸੀ, ਇਹ ਸਾਰੇ ਦੇ ਸਾਰੇ ਬੈਠ ਕੇ ਵੇਖ ਰਹੇ ਹਨ। ਚਮਰ ਚਲਾ ਚਲ ਚਾਰੂ, ਸਤਿਗੁਰੂ ਸਾਹਿਬ ਦੇ ਸੀਸ ਤੇ ਚੌਰ ਸਾਹਿਬ ਚੱਲ ਰਿਹਾ, ਚੌਰ ਸਾਹਿਬ ਟੁਲਾਇਆ ਜਾ ਰਿਹਾ, ਦੂਰਬੀਨ ਦੇ ਨਾਲ ਇਹ ਸਾਰਾ ਕੁਝ ਵੇਖ ਰਿਹਾ ਸੀ। ਪਾਨ ਕਮਾਨ ਧਰੇ ਜੋਤ ਬੰਨ, ਹੁਣ ਸਤਿਗੁਰੂ ਮਹਾਰਾਜ ਨੇ ਦੂਸਰਾ ਬਾਣ ਜਿਹੜਾ ਸੀ ਉਹ ਤਾਣਿਆ ਹੈ, ਦੂਸਰਾ ਬਾਣ ਧਨੁੱਖ ਦੇ ਵਿੱਚ ਤਾਨਣਾ ਕੀਤਾ। ਦੀਪਤ ਸੋਭ ਉਦਾਰੂ, ਬਹੁਤ ਸੁੰਦਰ ਸੋਭਾ ਸਤਿਗੁਰੂ ਜੀ ਦੀ ਇਹਨਾਂ ਨੇ ਉਸ ਰੂਪ ਦੀ ਦੂਰਬੀਨ ਦੇ ਰਾਹੀਂ ਵੇਖੀ। ਇੱਥੇ ਭਾਈ ਸਾਹਿਬ ਜੀ ਨੇ 14 ਨੰਬਰ ਅਧਿਆਇ ਸੰਪੂਰਨ ਕਰਕੇ 15 ਨੰਬਰ ਅਧਿਆਇ ਦੀ ਆਰੰਭਤਾ ਕੀਤੀ ਹੈ। ਦੋਹਰਾ ਜਥਾ ਵਾਰਤਾ ਪਰਸਪਰ ਗਿਰਪਤ ਸੂਪਨ ਕੀ, ਹੁਣ ਜਿਹੜੇ ਪਹਾੜੀ ਸਨ ਗਿਰਪਤਨ, ਇਹਨਾਂ ਸਾਰਿਆਂ ਨੇ ਬੈਠ ਕੇ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਸਾਰੀਆਂ ਗੱਲਾਂ ਖੋਲ੍ਹ ਕੇ ਦੱਸੀਆਂ ਵੀ ਮਹਾਰਾਜ ਦੇ ਤੀਰਾਂ ਦੀ ਪ੍ਰਸਿੱਧੀ ਬਹੁਤ ਹੈ, ਉਹਨਾਂ ਦੇ ਕੋਲ ਅਭਿਆਸ ਬੜਾ ਹੈ, ਤੇ ਸੂਬੇ ਕਹਿੰਦੇ ਵੀ ਇਹ ਤੇ ਵੱਡੀ ਕਰਾਮਾਤ ਹੈ, ਕੋਈ ਜਾਦੂ ਵਿਖਾਇਆ ਗਿਆ ਹੈ। ਤਥਾ ਪ੍ਰਭੂ ਜਾਣਤ ਪਏ ਜੋ ਨਿਸ਼ਚੈ ਚਿਤ ਚੀਨ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਾਣਕਾਰੀ ਸੀ ਵੀ ਇਹ ਜਿੰਨੇ ਸੂਬੇ ਬੈਠੇ ਆ ਨਾ, ਇਹ ਸਾਰੇ ਦੇ ਸਾਰੇ ਇਸ ਗੱਲ 'ਤੇ ਨਿਰਣੇ ਲੈ ਰਹੇ ਹੋਣਗੇ ਵੀ ਗੁਰੂ ਨੇ ਕਰਾਮਾਤ ਵਿਖਾਈ, ਕੋਈ ਜਾਦੂ ਹੈ, ਕੋਈ ਅਭਿਆਸ ਹੈ, ਕੋਈ ਸਿੱਧੀ ਹੈ। ਸਤਿਗੁਰੂ ਇਹਨਾਂ ਦੇ ਭਰਮ ਨੂੰ ਤੋੜਨ ਵਾਸਤੇ ਲਾਲ ਪਾਤਸ਼ਾਹ ਕਾਗਜ਼ ਕੋ ਸ੍ਰੀ ਸਤਿਗੁਰੂ ਲੈ ਕਰ, ਸਤਿਗੁਰੂ ਮਹਾਰਾਜ ਨੇ ਇੱਕ ਕਾਗਜ਼ ਲਿਆ, ਗੁਰਸਿੱਖ ਕੋਲ ਹੀ ਬੈਠੇ ਸਨ, ਕਾਗਜ਼ ਲੈ ਕਰਕੇ ਹਰਫ ਫਾਰਸੀ ਕੇਰੇ ਅਤੇ ਫਾਰਸੀ ਦੇ ਹਰਫ ਲਿਖੇ ਉਹਦੇ ਉੱਪਰ, ਲਿਖਤ ਪਏ ਤਿਸ ਉੱਪਰ ਅੱਛੇ, ਤੇ ਬੜੇ ਚੰਗੀ ਤਰ੍ਹਾਂ ਸੋਹਣੀ ਲਿਖਾਈ ਕਰਕੇ ਉਹਦੇ ਉੱਪਰ ਲਿਖਿਆ ਸਜਾ ਕਰਕੇ, ਤ੍ਰਿਪਨ ਬਿਰਤੰਤ ਘਨੇਰੇ। ਉਸ ਵੇਲੇ ਭਾਈ ਸਾਹਿਬ ਜੀ ਨੇ ਕਿਹਾ ਵੀ ਜਿਹੜਾ ਰਾਜਿਆਂ ਵਿੱਚ ਬਿਰਤੰਤ ਚੱਲ ਰਿਹਾ ਸੀ ਨਾ, ਵੀ ਇਹ ਕਰਾਮਾਤ ਹੈ, ਇਹ ਕੋਈ ਜਾਦੂ ਸਿੱਧੀ ਹੈ, ਔਰ ਸਤਿਗੁਰੂ ਸਾਹਿਬ ਨੇ ਉਹ ਸਾਰਾ ਬਿਰਤਾਂਤ ਲਿਖ ਕਰਕੇ ਦਾਨ ਸ਼ਬੰਧਨ ਦਾਨ ਸਕੀਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸੇ ਵਕਤ ਹੀ ਜਿੰਨੇ ਵੀ ਇੱਥੇ ਆਪਣੇ ਵੱਲੋਂ ਬਹੁਤ ਸ੍ਰੇਸ਼ਟ ਬੁੱਧੀ ਵਾਲੇ ਵਿਚਾਰ ਕਰ ਰਹੇ ਸਨ ਨਾ, ਅਕਲਮੰਦ ਸਮਝਦੇ ਸੀ ਆਪਣੇ ਆਪ ਨੂੰ, ਸਤਿਗੁਰੂ ਬਾਰੇ ਸੋਚਣਾ ਅਤੇ ਅਕਲ ਤੋਂ ਉੱਪਰ ਉੱਠ ਕੇ ਸੋਚਣਾ ਪਏਗਾ, ਇਸ ਕਰਕੇ ਇਹ ਸਾਰਿਆਂ ਦੀਆਂ ਸੋਚਾਂ ਹੀ ਸਨ। ਵਿਦਿਆ ਕੋ ਅਭਿਆਸਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਕਾਗਜ਼ ਦੇ ਉੱਪਰ ਲਿਖਦੇ ਨੇ, ਕਹਿਣ ਲੱਗੇ ਅਕਲ ਨਾਲ ਸੋਚਣ ਵਾਲਿਓ ਇਹ ਅਭਿਆਸ ਹੈ, ਇਹ ਤੀਰ ਚਲਾਉਣ ਦੀ ਅਭਿਆਸ ਬਿਰਤੀ ਹੈ, ਇਹ ਕੋਈ ਕਰਾਮਾਤ ਨਹੀਂ ਹੈ। ਨਿਤਾ ਪ੍ਰਤ ਹੋਏ ਤੇ ਪ੍ਰਾਪਤ, ਇਹ ਨਿਤ ਪ੍ਰਤਾ ਨਿਤ ਪ੍ਰਤੀ ਨਿਤ ਹੁੰਦਾ ਹੈ, ਔਰ ਤੀਰਾਂ ਦਾ ਅਭਿਆਸ ਅਸੀਂ ਨਿੱਤ ਕਰਦੇ ਹਾਂ। ਸੋਟ ਤਰਹਿ ਪ੍ਰਭਾਸਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜਿਹੜੇ ਸੂਰਮੇ ਹੁੰਦੇ ਹਨ ਅਸਲ ਦੇ ਵਿੱਚ, ਔਰ ਉਹ ਬਹੁਤ ਭਰੋਸਾ ਕਰਦੇ ਨੇ, ਪਰ ਤੁਸੀਂ ਅਕਲਮੰਦ ਨਹੀਂ, ਤੁਹਾਨੂੰ ਅਭਿਆਸ 'ਤੇ ਭਰੋਸਾ ਨਹੀਂ ਹੈ। ਕਰਾਮਾਤ ਕੋ ਕਹਿਰ ਕਹਿ ਬੜ, ਆਖਿਆ ਤੁਸੀਂ ਕਰਾਮਾਤ ਨੂੰ ਜਿਹੜਾ ਹੈ ਉਹ ਇੱਥੇ ਪ੍ਰਗਟ ਕਰ ਰਹੇ ਹੋ, ਪਰ ਕਰਾਮਾਤ ਜਿਹੜੀ ਗੁਰੂ ਘਰ ਵਿੱਚ ਕਹਿਰ ਮੰਨੀ ਜਾਂਦੀ, ਕਰਾਮਾਤ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਮਹਾਰਾਜ ਕਹਿ ਲੱਗੇ ਅਸੀਂ ਕਰਾਮਾਤ ਨਹੀਂ ਵਿਖਾਈ ਹੈ, ਰਣ ਕੇ ਮਾਹੀ, ਅਸੀਂ ਰਣ ਖੇਤਰ ਦੇ ਅਭਿਆਸੀ ਹਾਂ, ਨਿੱਤ ਦਾ ਸਾਡਾ ਅਭਿਆਸ ਹੈ। ਇਹ ਤੋਂ ਕਰਮ ਕਰੀਮ ਕਰਿਓ ਕੌਲ, ਆਖਿਆ ਵੀ ਇਹ ਤੇ ਕਰਮ ਕਰੀਮ ਨੇ ਕੀਤਾ ਹੈ,
ਇਹ ਬਖਸ਼ਿਸ਼ ਕਰਤੇ ਪੁਰਖ ਨੇ ਮਿਹਰ ਕਰਕੇ ਕੀਤੀ ਹੈ। ਕਰਤਾ ਪੁਰਖ ਅਲਾਹੀ ਆਖਿਆ, ਉਹ ਅਲਾਹੀ ਸਰੂਪ ਜਿਹੜਾ ਕਰਤਾ ਪੁਰਖ ਹੈ, ਸ੍ਰੇਸ਼ਟ ਸਰੂਪ ਪਰਮੇਸ਼ਰ ਹੈ। ਭੂਤ ਭਵਿੱਖਤ ਵਰਤਮਾਨ ਮੈਂ, ਉਹ ਭੂਤ ਕਾਲ ਵਿੱਚ ਵੀ ਹੈ, ਉਹ ਵਰਤਮਾਨ ਕਾਲ ਵਿੱਚ ਵੀ ਹੈ, ਉਹ ਭਵਿੱਖ ਵਿੱਚ ਵੀ ਵਸਿਆ ਹੋਇਆ ਹੈ। ਵਿਦਿਆ ਜਿਨ ਵਿਦਿਆ ਜਿਨੋਂ ਕਮਾਈ, ਜਿਹਦੀ ਵਿਦਿਆ ਕਮਾਈ, ਮਹਾਰਾਜ ਕਹਿ ਲੰਗੇ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਹੋ ਹਮਾਰਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਸੀਂ ਉਹਦੇ ਤੋਂ ਵਿਦਿਆ ਲਈ ਹੈ। ਦੁਰਗਮ ਕੋ ਵੀ ਸੁਗਮ ਕਰਤ ਹੈ, ਜਿਹੜਾ ਕਰਤਾ ਪੁਰਖ ਔਖੇ ਪੈਂਡਿਆਂ ਨੂੰ ਵੀ ਸੌਖੇ ਕਰ ਦਿੰਦਾ ਹੈ। ਲਭ ਸੁਲਭ ਹੋ ਜਾਈ, ਭਾਵ ਜਿਹੜਾ ਅਸਲ ਦੇ ਵਿੱਚ ਬਹੁਤ ਔਖਾ ਹੈ ਉਹ ਸੌਖਾ ਹੋ ਜਾਂਦਾ, ਦੁਰਲੱਭ ਜਿਹੜਾ ਹੈ ਉਹ ਸੁਲਭ ਹੋ ਜਾਂਦਾ ਹੈ। ਪੱਤਰ ਸੋ ਕਰਿਓ ਇਕੱਤਰ, ਸਤਿਗੁਰੂ ਨੇ ਉਹ ਪੱਤਰ ਲਿਖਿਆ ਅਤੇ ਲਿਖ ਕੇ ਕਿਹਾ, ਇਹ ਜੰਗ ਦੇ ਮੈਦਾਨ ਦਾ ਅਭਿਆਸ ਹੈ, ਕਰਾਮਾਤ ਨਹੀਂ। ਧਾਗੇ ਸੋ ਸਰ ਬੰਧਾ, ਧਾਗੇ ਦੇ ਨਾਲ ਉਹ ਕਾਗਜ਼ ਜਿਹੜਾ ਸੀ ਤੀਰ ਦੇ ਨਾਲ ਬੰਨ ਦਿੱਤਾ। ਬਾਹਰੋਂ ਧਨੁੱਖ ਕਠੋਰ ਲਿਓ ਕਰ, ਫਿਰ ਸਤਿਗੁਰੂ ਨੇ ਆਪਣਾ ਧਨੁੱਖ ਚੁੱਕਿਆ, ਕਠੋਰ ਧਨੁੱਖ ਚੁੱਕ ਕਰਕੇ ਬਾਣ ਪੰਚਮੈਂ ਸੰਧਾ, ਫਿਰ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਸੀ ਉਹ ਆਪਣਾ ਕੀਮਤੀ ਬਾਣ ਉਹਨੂੰ ਸਾਧਿਆ ਚੰਗੀ ਤਰ੍ਹਾਂ, ਉਹਦੀ ਪਰਖ ਕੀਤੀ। ਤਾਨ ਕੰਨ ਲੱਗ ਬਲ ਤੇ ਛੋਡਿਓ, ਕੰਨ ਤੱਕ ਤਾਣ ਕਰਕੇ ਨਾ ਬਲ ਤੇ ਛੋਡਿਓ। ਸਤਿਗੁਰੂ ਨੇ ਕੰਨ ਤੱਕ ਉਹਨੂੰ ਖਿੱਚਿਆ ਤੇ ਬਲ ਕਰਕੇ ਛੱਡ ਦਿੱਤਾ। ਚੱਲਿਓ ਸ਼ੋਕ ਅਸਮਾਨਾ, ਤੇ ਕਹਿੰਦੇ ਨੇ ਸ਼ੌਂਕ ਦਾ ਹੋਇਆ ਅਸਮਾਨ ਵਾਲੇ ਪਾਸੇ ਗਿਆ ਹੈ। ਦਾਰਨ ਸ਼ਬਦ ਚਾਂਪ ਤੇ ਹੋਵਾ, ਭਾਵ ਕਿਉਂਕਿ ਇੰਨਾ ਭਿਆਨਕ ਆਵਾਜ਼ ਦਾ ਸਰੂਪ ਸੀ ਉਸ ਵੇਲੇ ਤਨੁੱਖ ਚੱਲਣ ਲੱਗਿਆ, ਕਿਉਂਕਿ ਤਕਰੀਬਨ 225 ਕਿਲੋ ਵਜ਼ਨ ਨੂੰ ਇੱਕਦਮ ਫੜ ਕੇ ਛੱਡਣਾ ਕੋਈ ਛੋਟੀ ਖੇਡ ਨਹੀਂ ਸੀ। ਇੰਨੀ ਆਵਾਜ਼ ਪ੍ਰਗਟ ਹੋਈ ਜਿਹੜੀ ਬੜੀ ਭਿਆਨਕ ਲੱਗਣ ਲੱਗੀ। ਬੈਠੇ ਪਖੇ ਸੁਜਾਨਾ, ਭਾਵ ਸਾਰੇ ਦੇ ਸਾਰੇ ਜਿੰਨੇ ਸੁਜਾਨ ਪੁਰਖ ਸਨ ਇਹ ਮਹਿਸੂਸ ਕਰ ਰਹੇ ਸਨ। ਗਰਪਤ ਤੁਰਕ ਜਹਾਂ ਵਿਸਮਾਏ, ਜਿੱਥੇ ਹੈਰਾਨ ਹੋ ਕੇ ਤੁਰਕ ਤੇ ਪਹਾੜੀ ਰਾਜੇ ਬੈਠੇ ਸਨ, ਕਰੇ ਪਰਸ ਪਰ ਬਾਤੀ, ਆਪਸ ਵਿੱਚ ਗੱਲਾਂ ਕਰ ਰਹੇ ਸੀ ਵੀ ਕਰਾਮਾਤ ਹੀ ਹੋਣੀ ਹੈ, ਇਹੀ ਕੁਝ ਹੋਣਾ, ਆਪਣੇ ਆਪਣੇ ਉਹ ਅਭਿਆਸ ਦੇ ਅਨੁਸਾਰ ਮਤੇ ਕਰ ਰਹੇ ਸਨ। ਸ਼ਾਲ ਮਲੀਕੋ ਵੱਡੋ ਕਾਂਡ ਜੋ, ਇੱਥੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਜਿਹੜਾ ਦਰਖਤ ਸੀ ਨਾ, ਔਰ ਉਸ ਦਰਖਤ ਦੇ ਨਾਲ ਇੱਕ ਵੱਡਾ ਟਾਹਣਾ ਸੀ, ਔਰ ਉਸ ਟਾਹਣੇ ਦੇ ਨਾਲ ਹੀ ਜਿਸ ਤਾਰ ਨਰ ਪਾਤੀ, ਭਾਵ ਜਿੱਥੇ ਇਹ ਸਾਰੇ ਦੇ ਸਾਰੇ ਛਾਂ ਦੇ ਅਧੀਨ ਬੈਠੇ ਸਨ, ਖਿੱਚ ਕੇ ਤੀਰ ਜਾ ਕੇ ਉਸ ਦਰਖਤ ਦੇ ਵੱਡੇ ਟਾਨ ਤੇ ਲੱਗਾ, ਚਿੱਠੀ ਸਮੇਤ ਉੱਥੇ ਪਹੁੰਚਿਆ ਹੈ। ਵੱਡੇ ਸ਼ਬਦ ਜਦੋਂ ਲੱਗਿਓ ਜਾਏ ਕਰ, ਜਦੋਂ ਇੰਨੀ ਆਵਾਜ਼ ਆਈ ਤੀਰ ਦੀ ਤੇ ਅਚਾਨਕ ਬਹੁਤ ਵੱਡਾ ਨਾਦ ਉੱਠਿਆ ਹੈ, ਸਭਨ ਕਰੇ ਦਿਰਗ ਉੱਚੇ, ਤੇ ਸਾਰਿਆਂ ਨੇ ਅੱਖਾਂ ਉੱਪਰ ਨੂੰ ਕਰ ਲਈਆਂ, ਜਦੋਂ ਅੱਖਾਂ ਨਾਲ ਅਚਾਨਕ ਵੇਖਿਆ ਹੈ, ਲੋਕਾਂ ਲੱਗਿਓ ਆਣ ਕਰ, ਹੁਣ ਇੱਥੇ ਵੇਖਿਆ ਵੀ ਦੂਸਰਾ ਤੀਰ ਵੀ ਆਣ ਕੇ ਵੱਜ ਗਿਆ ਹੈ, ਦੂਸਰਾ ਬਾਣ ਪਹੁੰਚੇ, ਦੂਸਰਾ ਬਾਣ ਆਣ ਕੇ ਵੱਜਾ ਹੈ। ਨੀਕੇ ਪਿਖਿਓ ਸੋ ਕਾਗਜ਼ ਲਟਕਤ, ਉਸੇ ਵਕਤ ਹੀ ਭਾਈ ਸਾਹਿਬ ਜ਼ਿਕਰ ਕਰਦੇ ਆ ਕਿ ਜਦੋਂ ਤੀਰ ਵੱਜਾ ਉਹਦੇ ਨਾਲ ਕਾਗਜ਼ ਜਿਹੜਾ ਸੀ ਉਹ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ, ਧਾਗੇ ਸੰਗਾ, ਤੇ ਜਦੋਂ ਉਸ ਤੀਰ ਦੇ ਨਾਲ ਧਾਗੇ ਨਾਲ ਬੰਨਿਆ ਹੋਇਆ ਕਾਗਜ਼ ਵੇਖਿਆ, ਅਜਰਜ ਹੋਇਆ ਕਰਦਾਸ ਚੜਾਇਓ, ਔਰ ਉਸੇ ਵਕਤ ਹੀ ਹੈਰਾਨੀ ਦੀ ਹੱਦ ਨਾ ਰਹੀ, ਪੈਰ ਕੰਬ ਰਹੇ ਸਨ, ਇੱਕ ਸੇਵਕ ਨੂੰ ਦਾਸ ਨੂੰ ਤੁਰੰਤ ਹੀ ਇਹਨਾਂ ਨੇ ਦਰਖਤ ਤੇ ਚੜਾ ਦਿੱਤਾ। ਆਨੋ ਕਾੜ ਖਤੰਗਾ, ਉਹਨੇ ਤੇਜ਼ੀ ਨਾਲ ਜਾ ਕੇ ਤੀਰ ਬਾਹਰ ਕੱਢ ਲਿਆ ਹੈ। ਤ੍ਰਸਤੈ ਹੋਏ ਕਰ ਤੂਰਨ ਚੜ ਕਰ, ਕਿਉਂਕਿ ਤ੍ਰਸਤੈ ਹੋਏ ਕਰ ਘਬਰਾ ਕਰਕੇ ਕਾਢਿਓ ਠਾਨ ਉਪਾਏ, ਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਉਹ ਵੀ ਘਬਰਾ ਰਿਹਾ ਸੀ ਜਿਹੜਾ ਵਿਚਾਰਾ ਦਰਖਤ ਦੇ ਉੱਪਰ ਚੜਿਆ ਨਾ, ਉਹ ਇਸ ਤਰ੍ਹਾਂ ਘਬਰਾ ਰਿਹਾ ਸੀ ਕਿ ਜਿਵੇਂ ਇਹ ਅਵਸਥਾ ਹੋਵੇ ਕਿ ਇੰਨੀ ਘਬਰਾਹਟ ਮਨ ਵਿੱਚ ਹੋਈ ਵੀ ਕਿਤੇ ਦੂਸਰਾ ਮੇਰੇ ਹੀ ਨਾ ਆਣ ਕੇ ਵੱਜੇ, ਹੁਣ ਦਰਖਤ ਦੇ ਸਾਹਮਣੇ ਚੜਿਆ। ਇਸ ਕਰਕੇ ਭਾਈ ਸਾਹਿਬ ਨੇ ਕਿਹਾ, ਉਹ ਡਰਦੇ ਡਰਦੇ ਵਿਚਾਰੇ ਨੇ ਤੀਰ ਕੱਢਿਆ ਹੈ, ਉਹਨੇ ਸਾਰੇ ਬੰਨੇ ਵੇਖਿਆ ਤੇ ਉਹ ਛੇਤੀ ਨਾਲ ਥੱਲੇ ਉੱਤਰ ਆਇਆ ਹੈ, ਬੋਲਿਓ ਦਸਤ ਲਗਾਏ, ਤੇ ਉਸੇ ਵਕਤ ਹੀ ਇਹ ਜਿਹੜੀ ਤੀਰ ਦੇ ਨਾਲ ਬੰਨੀ ਹੋਈ ਚਿੱਠੀ ਸੀ ਤੁਰੰਤ ਉਹ ਚਿੱਠੀ ਨੂੰ ਖੋਲਿਆ ਹੈ। ਲਿਖੇ ਲਿਖੇ ਹੈ ਹਰਫ ਪਾਰਸੀ, ਫਾਰਸੀ ਵਿੱਚੋਂ ਹਰਫ ਲਿਖੇ ਹੋਏ ਹਨ, ਬਨੀ ਬੈਤ ਵਿੱਚ ਬਾਚੀ, ਭਾਈ ਸਾਹਿਬ ਕਹਿਣ ਲੱਗੇ ਬੈਂਤ ਲਿਖੇ ਹੋਏ ਸਨ,
ਭਾਵ ਉਹ ਬੈਂਤ ਦੇ ਨਾਲ ਸਮਝਾਇਆ ਜਾ ਚੁੱਕਾ ਸੀ। ਲਖਿਓ ਮਾਇਨਾ ਸਭਨ ਸੁਣਾਇਓ, ਤੇ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਜਿਹੜਾ ਮਾਇਨਾ ਉਹ ਲਾ ਰਹੇ ਸਨ, ਜਿਹੜਾ ਐਸਟੀਮੇਟ ਲਾ ਰਹੇ ਸੀ ਵੀ ਕਰਾਮਾਤ ਹੈ, ਰਿੱਧੀ ਸਿੱਧੀ ਹੈ, ਉਹਨਾਂ ਸਾਰਿਆਂ ਨੂੰ ਜਵਾਬ ਸੀ ਚਿੱਠੀ ਵਿੱਚ। ਵਿਦਿਆ ਵੈਦ ਸੱਚੀ, ਸਤਿਗੁਰੂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਵਿਦਿਆ ਸੱਚੀ ਹੈ, ਇਹਦੇ ਵਿੱਚ ਕੋਈ ਕਰਾਮਾਤ ਜਾਂ ਜਾਦੂ ਨਹੀਂ ਹੈ। ਅਜਮਤ ਕੀ ਅਜਮਾਇਸ ਨਾ ਹੈ, ਇਹਦੇ ਵਿੱਚ ਰੱਤੀ ਭਰ ਵੀ ਅਜਮਤ ਨਹੀਂ ਹੈ। ਇਹ ਅਭਿਆਸ ਪ੍ਰਤਾਪ, ਇਹ ਸਾਡੇ ਅਭਿਆਸ ਦਾ ਹੀ ਪ੍ਰਤਾਪ ਹੈ। ਜਿਨੋਂ ਕੀਨ ਤੀਨ ਕੋ ਬਹੁ ਪ੍ਰਾਪਤ, ਆਖਿਆ ਵੀ ਇਹ ਅਭਿਆਸ ਕਰਕੇ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ, ਭਰੋਸਾ ਆਪਾ, ਇਸ ਕਰਕੇ ਅਸੀਂ ਆਪੇ ਤੇ ਭਰੋਸਾ ਰੱਖਿਆ, ਸਾਡੇ ਆਪੇ ਵਿੱਚ ਰੱਬ ਵੱਸਦਾ ਹੈ। ਕਰਾਮਾਤ ਕੀ ਨਿੰਦਾ ਕੀਨੀ, ਅਸੀਂ ਕਰਾਮਾਤ ਦੀ ਨਿੰਦਾ ਕਰਦੇ ਹਾਂ, ਕਰਾਮਾਤ ਸਾਡੇ ਘਰ ਵਿੱਚ ਕਹਿ ਰਿਹਾ। ਵਿਦਿਆ ਕੀ ਵਡਿਆਈ, ਇਹ ਵਿਦਿਆ ਦੀ ਹੀ ਵਡਿਆਈ ਹੈ। ਜੈਨ ਬੁੱਧ ਬਲ ਤੇ ਬਹੁ ਅਭਿਆਸੀ, ਤੇ ਇਹ ਬੁੱਧ ਅਤੇ ਬਲ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਗੁਰਸਿੱਖ ਵੀ ਬੜੇ ਅਭਿਆਸੀ ਹਨ। ਸੋ ਦੁਰਲੱਭ ਭੀ ਪਾਈ, ਇਹ ਦੁਰਲੱਭ ਜਿਹੜੀ ਵਿਦਵਤਾ ਹੈ ਉਹ ਸਾਨੂੰ ਪ੍ਰਾਪਤ ਹੋਈ ਹੈ। ਕਹੇ ਵਜੀਦ ਖਾਨ ਹੈ ਐਸੀ ਵਿਦ, ਤੇ ਵਜੀਦ ਖਾਨ ਕਹਿੰਦਾ ਹਾਂ ਗੱਲ ਤੇ ਠੀਕ ਹੈ, ਇਸੇ ਪ੍ਰਕਾਰ ਹੀ ਠੀਕ ਹੈ। ਜਨ ਅਭਿਆਸ ਕਮਾਵਾ, ਸਤਿਗੁਰੂ ਨੇ ਅਭਿਆਸ ਬੜਾ ਕੀਤਾ ਹੈ, ਬੜੇ ਅਭਿਆਸ ਵਿੱਚ ਸਤਿਗੁਰੂ ਜੀ ਨੇ ਤੀਰ ਅੰਦਾਜ਼ੀ ਸਿੱਖੀ ਹੋਈ ਹੈ। ਆਸ ਕੋ ਵਾਸਤਾ ਜੋ ਪ੍ਰਾਪਤ ਹੋਏ ਨਾ, ਇਸ ਕਰਕੇ ਐਸਾ ਜਿਹੜਾ ਹੈ ਔਰ ਜਿਹੜਾ ਇਹੋ ਜਿਹੀ ਕੋਈ ਵਸਤੂ ਨਹੀਂ ਜਿਹੜੀ ਅਭਿਆਸ ਨਾਲ ਪ੍ਰਾਪਤ ਨਾ ਹੋ ਸਕੇ। ਅਭਿਆਸ ਨਾਲ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਲੇਤ ਜੋ ਕਰਤ ਉਪਾਵਾ, ਇਸ ਕਰਕੇ ਜਿਹੜਾ ਉਪਾਅ ਕਰੇ, ਯਤਨ ਕਰੇ ਤੇ ਉਹ ਪ੍ਰਾਪਤੀ ਕਰ ਸਕਦਾ ਹੈ। ਚਰਜ ਉਪਰ ਵਿਚਾਰੋ ਚਿਤ ਮੈਂ, ਇਸ ਕਰਕੇ ਇਹ ਹੈਰਾਨੀ ਹੈ, ਅਸਚਰਜਤਾ ਜਿਹੜੀ ਹੈ ਉਹ ਜਾਣਨਾ ਕਰੋ। ਹਮ ਤੁਮ ਬਾਤਾਂ ਕੀਨੀ, ਅਸੀਂ ਗੱਲਾਂ ਕਰ ਰਹੇ ਸੀ, ਅਸੀਂ ਕਰਾਮਾਤ ਦੀਆਂ ਗੱਲਾਂ ਕਰ ਰਹੇ ਹਾਂ, ਤੁਹਾਨੂੰ ਹੈਰਾਨੀ ਕਿਉਂ ਨਹੀਂ ਹੋ ਰਹੀ? ਉਸ ਅਢਾਈ ਪਰਸੋਂ ਬੈਠੇ, ਅਢਾਈ ਕੋਹ ਦੀ ਦੂਰੀ ਤੇ ਸਤਿਗੁਰੂ ਬੈਠੇ ਹਨ। ਹੇਠਾਂ ਸਗਰੀ ਚੀਨੀ, ਸਾਰੀਆਂ ਗੱਲਾਂ ਸਤਿਗੁਰੂ ਨੇ ਸੁਣ ਲਈਆਂ, ਭਾਵ ਉਹਨਾਂ ਨੇ ਸਾਡੀਆਂ ਗੱਲਾਂ ਦੇ ਜਵਾਬ ਦੇ ਦਿੱਤੇ। ਗੁਰੂ ਗੰਭੀਰ ਧੀਰ ਧਰ ਭਾਰੀ, ਸਤਿਗੁਰੂ ਵੱਡੇ ਧੀਰਜਵਾਨ ਤੇ ਬੜੇ ਗੰਭੀਰ ਹਨ, ਬੜੇ ਸ੍ਰੇਸ਼ਟ ਹਨ। ਸਭ ਘੱਟ ਅੰਤਰਜਾਮੀ, ਔਰ ਸਭ ਘੱਟ ਅੰਤਰਜਾਮੀ ਨੇ, ਮਹਾਰਾਜ ਤੋਂ ਕੁਝ ਛਿਪਿਆ ਨਹੀਂ ਹੈ। ਕੌਣ ਕਹੇ ਸਾਮ ਸਰਤਾ ਤਨ ਕੀ, ਸਤਿਗੁਰੂ ਜੀ ਦੀ ਸਮਸਰਤਾ ਕੌਣ ਕਰੇ, ਬਰਾਬਰੀ ਕੌਣ ਕਰ ਸਕਦਾ? ਸਤਿਗੁਰੂ ਸਾਹਿਬ ਜੀ ਦੀ ਬਰਾਬਰੀ ਨਹੀਂ ਹੋ ਸਕਦੀ। ਕਰਾਮਾਤ ਕੋ ਸਵਾਮੀ, ਸਤਿਗੁਰੂ ਸਾਹਿਬ ਕਰਾਮਾਤ ਦੇ ਵਿੱਚ ਸਵਾਮੀ ਹਨ, ਬੜੇ ਸ੍ਰੇਸ਼ਟ ਹਨ। ਇੱਥੇ ਜ਼ਿਕਰ ਆਪ ਜੀ ਦੇ ਸਨਮੁਖ ਕਰਾਂ, ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਦੂਰ ਢਾਈ ਕੋਹ ਦੀ ਦੂਰੀ ਦੇ ਉੱਪਰ ਇੱਕ ਸਿਮਲ ਦੇ ਦਰਖਤ ਦੇ ਥੱਲੇ ਵਜੀਦ ਖਾਨ, ਜ਼ਬਰਦਸਤ ਖਾਨ, ਅਤੇ ਇੱਥੇ ਨਾਲ ਹੀ ਹਰੀ ਚੰਦ ਹੰਡੂਰ ਦਾ ਜਿਹੜਾ ਉੱਤਰਾ ਅਧਿਕਾਰੀ ਅਗਲਾ ਰਾਜਾ ਸੀ ਉਹ ਬੈਠਾ ਹੋਇਆ। ਜਦੋਂ ਇਸ ਘੇਰੇ ਨੂੰ ਜਿਹੜਾ ਹੈ ਆਪਾਂ ਵਿਚਾਰਦੇ ਹਾਂ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਜ਼ਬਰਦਸਤ ਖਾਨ, ਵਜੀਦ ਖਾਨ, ਭੀਮ ਚੰਦ ਸਿਮਲ ਦੇ ਬਹੁਤ ਉੱਚੇ ਦਰਖਤ ਦੇ ਥੱਲੇ ਛਾਵੇਂ ਬੈਠੇ ਹੋਏ ਹਨ। ਸਤਿਗੁਰੂ ਸਾਹਿਬ ਜੀ ਨੇ ਨੌ ਟੰਕੀਏ ਧਨੁੱਖ ਦੇ ਵਿੱਚੋਂ ਤੀਰ ਕੱਢਿਆ, ਉਸੇ ਵਕਤ ਸ਼ੌਂਕਦਾ ਹੋਇਆ ਉਹ ਤੀਰ ਜਾ ਕੇ ਮੰਜੀ ਦੇ ਪਾਵੇ ਨੂੰ ਲੱਗਾ ਜਿੱਥੇ ਬੈਠੇ ਹੋਏ ਸਨ ਸਾਰੇ। ਤਰਪਕ ਗਏ ਇੱਕਦਮ, ਤੀਰ ਕੱਢ ਕੇ ਵੇਖਿਆ ਵੀ ਸੋਨਾ ਲੱਗਾ, ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਉਸੇ ਵਕਤ ਕਹਿੰਦੇ ਬਚ ਗਏ ਹਾਂ, ਤੀਰ ਸਾਡੇ ਉੱਪਰ ਨਾ ਕਿਤੇ ਚੱਲ ਜਾਂਦਾ ਜਾਂ ਸਾਡੇ ਕਿਸੇ ਦੇ ਵੱਜ ਜਾਂਦਾ, ਮੌਤ ਹੋ ਜਾਂਦੀ। ਜ਼ਬਰਦਸਤ ਖਾਨ ਕਹਿੰਦਾ ਵੱਡੀ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਵਿੱਚ, ਬੜੇ ਕਰਾਮਾਤੀ ਹਨ। ਇੰਨੇ ਚਿਰ ਨੂੰ ਸ਼ੌਂਕਦਾ ਹੋਇਆ ਦੂਸਰਾ ਤੀਰ ਦਰਖਤ ਦੇ ਤਣੇ ਵਿੱਚ ਆਣ ਕੇ ਲੱਗਾ, ਉਸੇ ਵਕਤ ਨਾਲ ਚਿੱਠੀ ਨਿਕਲੀ। ਸਤਿਗੁਰੂ ਕਹਿਣ ਲੱਗੇ ਵਜੀਦ ਖਾਨ, ਇਹ ਸਾਡੀ ਕਰਾਮਾਤ ਨਹੀਂ, ਇਹ ਸਾਡਾ ਅਭਿਆਸ ਹੈ। ਆ ਦਰਖਤ 'ਤੇ ਵੱਜਾ ਹੋਇਆ ਤੀਰ ਤੈਨੂੰ ਸਬੂਤ ਪੇਸ਼ ਕਰੇਗਾ, ਜੇ ਸਾਨੂੰ ਦਰਖਤ ਦੇ ਸਕਦਾ ਤਾਂ ਤੇਰੀ ਖੋਪੜੀ ਵੀ ਦਿਸਦੀ ਹੋਵੇਗੀ, ਤੇਰੀ ਖੋਪੜੀ ਵਿੱਚੋਂ ਵੀ ਪਾਰ ਕਰ ਸਕਦੇ ਸੀ, ਪਰ ਨਹੀਂ, ਅਸੀਂ ਛਿਪ ਕੇ ਜਾਂ ਲੁਕ ਕੇ ਕਦੀ ਵੀ ਕਿਸੇ ਉੱਪਰ ਵਾਰ ਨਹੀਂ ਕਰਦੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਅਤੇ ਸਾਡਾ ਅਭਿਆਸ ਹੈ। ਇਹ ਤੀਰ ਕਰਾਮਾਤ ਨਾਲ ਨਹੀਂ ਚੱਲਦੇ, ਇਹ ਅਭਿਆਸ ਨਾਲ ਚੱਲਦੇ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਔਰ ਜਦੋਂ ਇਹ ਫੈਸਲਾ ਆਇਆ ਅਤੇ ਉਸੇ ਵਕਤ ਹੀ ਇਹ ਸਾਰੇ ਹੈਰਾਨ ਹਨ। ਵਜੀਦ ਖਾਨ ਕਹਿੰਦਾ ਵੀ ਗੁਰੂ ਤੇ ਅੰਤਰਜਾਮੀ ਹੈ। ਸੁਣ ਘਰ ਬਹੁ ਵਿਸਮਾਏ, ਸਾਰੇ ਵਿਸਮਾਦ ਵਿੱਚ ਆ ਗਏ,
हैरानी विच आ गए। मिलियान समदाई सारे आन के मिल करके बैठे। पढ़े पत्र को बान बलोक। इत्थे भाई साहब जी ने जिक्र किया कि सतगुरु साहब सच्चे पातशाह महाराज जी दे प्रथाए पढ़े पत्र को बान बलोक है। नाले ते ओ पत्र वेखदे आ जिहड़ा लिखिया होया ते नाले तीर वेखदे आ कि तीर भी ओही है नाल पत्र लिखिया होया है। तारीफ पढ़ाई ते बड़ी वड्याई करदे हन। बड़ी सतगुरु साहब की वड्याई करदे आ कि इन्नी ताकत सतगुरु दे कोल कि ढाई को दी दूरी ते जाके तीर लगना को सौखी गल नहीं। अज तां और जी जिहड़ी देश बंदूक की किलोमीटर तक जिहड़ी है वह मार मनी जाती तो उन्हूं बड़ी श्रेष्ठ समझा जाता है पर ढाई को दी दूरी तक गुरु गोबिंद सिंह जी का तीर 3 किलोमीटर तो भी उपर ज्यादा वाट ते चले जाना को सौखी खेड नहीं है। सैयद शेख पठान मुगल खान इत्थे सैयद भी ने शेख भी बैठे हैं इत्थे पठान भी बैठे हैं। आन आन परवारे सारे दे सारे भाई साहब ने कहा कि आन आन परवारे पाव सारे दे सारे इत्थे परवारे परिवारां समेत आए हुए सन। सब गुरपद जोत सच बन बैठे और जिन्हें मंत्री संतरी ते पहाड़ी राजे बैठे हुए सन गुर को जस उचारे वो सारे कहन लगे जी ये गुरु का जस है। गुरु दे कोल बड़ी वड्डी करामात है। गुरु गोबिंद सिंह जी बहुत श्रेष्ठ हन। इति शक्त को धारण हारो वो वड्डी शक्ति नु धारण करन वाले हन। नर लीला अनुसारी और सतगुरु साहब सच्चे पातशाह महाराज दा सुभाव है और ये उन्हां दी नर लीला अनुसारी भाव वो सतगुरु साहब तो नरां दे वांग मनुखां दे वांग अपनी लीला कमा रहे ने पर परमेश्वर स्वरूप हन। हम सो लड़त बत्यो चर कल इसे तरह सानू लड़दियां नू 1 साल 2 साल नहीं हो गए बड़े साल सानू लड़दियां नू हो गए हन। कुछ विघन बथारी और इत्थों तक सतगुरु साहब ने अजे तक कसे विघन नू साडे अगे नहीं लियांदा साडे काम विच कदी विघन नहीं कदी दखल अंदाजी नहीं कीती। निज निज और मैं डार सब धरता और सारे दे सारे जिहड़े ने ओह निज निज सारे आपो अपने हिरदियां दे विच डर रखदे हन। सतगुरु जी दा डर तां सारिया के हिरदे विच है। गमने उठ उठ डेरे भाई साहब जी ने जिक्र किया कि गमने उठ उठ डेरे सारे जाने सतगुरु की सिफत की आपो अपने डेरिया में मुड़ गए वापस आपो अपने इलाकों वाल मुड़ गए तंबुआ में चले गए। आसने होहे गुरु रस कर और ते भजदे पता की कहिंदे ने कि सतगुरु किते रुस ना जान जे सतगुरु नूं गुस्सा आ गया सरते हम हाथ गेरे ये सानू ते बैठिया बिठाया नूं सतगुरु जी ने मार देना बैठे बिठाए पर उत्थे कहिंदे आ भी जे मारना हुंदा ते मंजी दे पावे विच ना मार दे फिर साडे मत्थे विच ही मार दे। गुरु गोबिंद सिंह ने सानू मौका दिता है इत्थों चले चलीए। ये कईयां दे मन विच तां सोझी आ रही सी पर हुण हंकार बड़ा वड्डा है की करे वापस मुड़ना बड़ा औखा है इस करके उस अढ़ाई हते निशाना ते ढाई को दी दूरी ते निशाना रखना बहुत वड्डी खेड है। क्या शोर है किस ताई और इत्थों तक उन्हां दा की पता भी किसे नूं बख्शन नहीं ना और ये सतगुरु जी दे मर्जी की गल है ना उन्हां दी मर्जी आई उन्हां दे अंदर रोस प्रगट होया ते ओह सानू भी मार सकदे हन। तो हमें समलर्त करत रहना इस करके सतगुरु सच्चे पातशाह महाराज कौन उन्हां दी बराबरी कर सकदे वो तो छेती सानू रण खेत्र दे विच हान कर देणगे खत्म कर देणगे। ये तो बहुत वड्याई ये तो सतगुरु की बहुत वड्डी समर्था है महाराज जी की बहुत वड्डी वड्याई है। इस करके सारे सतगुरु जी की महिमा जान रहे सन पता सी सारियां नूं कि सतगुरु महाराज जी की ये महिमा जिहड़ी बड़ी श्रेष्ठ है वड्डी है। वहर कहें बहु नाही इस करके भाई साहब जी ने जिक्र किया कि बार बार वहर कहे बहु नाही बार नहीं सी गल करदे अंदरों अंदरे कहिंदे भी आपां ठीक नहीं कीता गुरु गोबिंद सिंह नाल मुकाबला करना चंगी गल नहीं है। साबद आदक प्रतापी जन सारिआं ने कहा भी गुरु गोबिंद सिंह वर्गा प्रताप नहीं ध्यान नाल वेखो 2 तीरां ने साडे दोवें सूबेदार खत्म कर देने सी पर गुरु गोबिंद सिंह दयालू ने वो कदी भी बिना दस्सिआं किसे ते वार नहीं करदे निहत्थे ते वार नहीं करदे
ते सुचेत करन तो बगैर कदी किसे दे उपर वार नहीं करदे। वेखो गुरु गोबिंद सिंह जी की महिमा किड्डी वड्डी, पर हंकार जिहड़ा सी ना बाहर गल करन तो डरदा सी, बार गल ही नहीं सी करदे किसे नाल। पयो ना को पामाही, ते कोई भी किसे नूं भी जिहड़ा है कहण लगे पयो ना को भव माही, धरती ते कोई इहो जिहा नहीं जिहड़ा गुरु गोबिंद सिंह दी बराबरी कर सके। गुरु गोबिंद सिंह सच्चे पातशाह जी दी बराबरी करन वाला सृष्टि ते कोई नहीं है। सतगुरु अवलोक तो चहुं दिस, सतगुरु सच्चे पातशाह नूं चारे पासे दिसदा, एक जगह नहीं, महाराज तां सारे पासे वेख रहे हन। तंबू गन समयाने, सतगुरु महाराज दे कोल तंबू ਵੱਡੇ ਵੱਡੇ ਸ਼ਮਿਆਨੇ ਲੱਗੇ ਹਨ। ਗਾਜ ਬਾਜੀ ਕੇ ਪੁੰਜ ਖੜੇ ਬਹੁ, ਹੋਰ ਵੱਡੇ ਵੱਡੇ ਹਾਥੀਆਂ ਦੇ ਪੁੰਜ ਖੜੇ ਨੇ, ਘੋੜਿਆਂ ਦੇ ਪੁੰਜ ਖੜੇ ਹਨ। ਸਿੰਘਨ ਸੰਗ ਬਖਾਨੇ, ਸਾਰੇ ਦੇ ਸਾਰੇ ਸਿੰਘਨ ਸੰਗ ਬਖਾਨੇ ਸਤਿਗੁਰੂ ਸਾਹਿਬ ਕਹਿਣ ਲੱਗੇ। ਉਹ ਵੇਖੋ ਸਾਰੇ ਦੇ ਸਾਰੇ ਹਾਥੀ ਮੁਗਲਾਂ ਦੇ ਖੜੇ ਆ, ਘੋੜੇ ਖਲੋਤੇ ਨੇ, ਤੰਬੂ ਲੱਗੇ ਹੋਏ ਹਨ। ਸਤਿਗੁਰੂ ਸਿੱਖਾਂ ਨੂੰ ਦੱਸ ਰਹੇ ਸਨ, ਆਦਨਾ ਅੰਤ ਸੈਨ ਕੋ ਲਖੀਅਤ, ਮਹਾਰਾਜ ਕਹਿਣ ਲੱਗੇ ਆਦ ਅੰਤੀ ਕੋਈ ਨਹੀਂ, ਕਿੰਨੀ ਸੈਨਾ ਲੱਗੀ ਹੋਈ ਹੈ। ਪਰੀ ਸ਼ਹੁੰ ਦਸ਼ਮਾਹੀ, ਚਾਰੇ ਦਿਸ਼ਾਵਾਂ ਵਿੱਚ ਸੈਨਾ ਫੈਲ ਚੁੱਕੀ ਹੈ, ਕੋ ਅੰਤੀ ਨਹੀਂ ਹੈ। ਮਤ ਕਾਚੀ ਐਤ ਪਰੇ ਪਰਬਤੀ, ਪਰ ਮਹਾਰਾਜ ਕਹਿਣ ਲੱਗੇ ਮਾਤੀ ਕੱਚੀ ਵਾਲੀ ਗੱਲ ਹੈ ਨਾ, ਵੀ ਪਰਬਤੀ ਵਿੱਚ ਪੈ ਗਏ, ਇਹ ਮਾੜੀ ਕਿਸਮਤ ਦੀ ਖੇਡ ਹੈ ਨਾ ਕਿ ਪਹਾੜੀਆਂ ਨੇ ਵਿੱਚ ਸ਼ਮੂਲੀਅਤ ਕਰ ਦਿੱਤੀ। ਚੇਲੇ ਤੁਰਕਣ ਚਾਹੀ, ਔਰ ਇਹ ਚੇਲੇ ਬਣ ਗਏ, ਤੁਰਕਾਂ ਦੇ ਚੇਲੇ ਬਣਨਾ ਚਾਹੁੰਦੇ ਆ, ਇਹ ਤੁਰਕਾਂ ਦੇ ਅਧੀਨ ਰਹਿਣਾ ਚਾਹੁੰਦੇ ਹਨ। ਇਸੇ ਕਰਕੇ ਇਹ ਅਵਸਥਾ ਜਿਹੜੀ ਹੈ ਸਤਿਗੁਰੂ ਸਾਹਿਬ ਪ੍ਰਗਟ ਕਰ ਰਹੇ ਸਨ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਅੰਦਰ ਇਹੀ ਅਵਸਥਾ ਜਿਹੜੀ ਹੈ ਉਹ ਪ੍ਰਗਟ ਰੂਪ ਵਿੱਚ ਹੈ। ਇਸ ਕਰਕੇ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਝਾ ਰਹੇ ਸਨ ਗੁਰੂ ਕੇ ਸਿੱਖਾਂ ਨੂੰ ਕਿ ਸਿੱਖ ਦੇ ਅੰਦਰ ਇੰਨੀ ਹਲੀਮੀ ਹੋਣੀ ਚਾਹੀਦੀ ਕਿ ਸਾਹਮਣੇ ਦੁਸ਼ਮਣ ਵੀ ਦਿਸਦਾ ਹੋਵੇ ਅਤੇ ਮਾਰਨ ਦਾ ਮੌਕਾ ਵੀ ਹੋਵੇ, ਪਰ ਸਿੱਖ ਇਸ ਤਰ੍ਹਾਂ ਨਹੀਂ ਕਰਦਾ। ਜੰਗ ਦੇ ਮੈਦਾਨ ਦੇ ਨਿਯਮਾਂ ਨੂੰ ਕਦੀ ਸਤਿਗੁਰੂ ਸਾਹਿਬ ਨੇ ਨਹੀਂ ਸੀ ਤੋੜਿਆ। ਇਸ ਕਰਕੇ ਸਤਿਗੁਰੂ ਕਿਰਪਾ ਕਰਨ ਕਿ ਸਾਨੂੰ ਸਤਿਗੁਰੂ ਦੀ ਮਾਤਾ ਏ ਗੁਰੂ ਵਾਲੇ ਬਣੀਏ, ਇੰਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਆਦਨਾ ਅੰਤ ਸੈਨ ਕੋ ਲਖੀਅਤ, ਪਰੀ ਜਹੁੰ ਦਸ਼ਮਾਹੀ, ਮਤ ਕਾਚੀ ਐਤ ਪਰੇ ਪਰਬਤੀ, ਚੇਰੇ ਤੁਰਕਨ ਚਾਹੀ। ਹੇ ਅਚੁੱਤ ਹੇ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ, ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਪੀ ਹੋਵਨ ਹਾਰ, ਹੇ ਸੰਤਹਿ ਕੈ ਸਦਾ ਸੰਗ, ਆਧਾਰ, ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਕਹੀਐ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।